ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ, ਤੁਸੀਂ ਝੂਠ ਮਾਰ ਨਹੀਂ ਸਕਦੇ, ਤੁਸੀਂ ਹਰ ਚੀਜ਼ ਤੁਹਾਨੂੰ ਸੱਚ ਦੱਸਣੀ ਪਊਗੀ। ਸਾਡੇ ਤਾਂ ਘੱਟ ਰਹਿੰਦੇ ਆ, ਲੋਕ ਗੂਗਲ 'ਤੇ ਸਰਚ ਕਰ ਲੈਂਦੇ ਆ, ਯੂਟਿਊਬ 'ਤੇ ਚਲੇ ਜਾਂਦੇ ਗੁਰਜੀਤ ਸਿੰਘ ਔਜਲਾ ਭਰ ਲੈਂਦੇ ਆ, ਅਤੇ ਜਦੋਂ ਕਹਿੰਦੇ ਯਾਰ ਸਾਰਾ ਇਹ ਤਾਂ ਪਾਰਲੀਮੈਂਟ 'ਚ ਬੋਲੀ ਜਾਂਦਾ, ਉਹ ਕਹਿੰਦੇ ਯਾਰ ਸਾਡੀ ਗੱਲ ਤਾਂ ਕਰਨ ਡਿਆ ਜੇ ਤੁਸੀਂ ਭੇਜਿਆ। ਪਰ ਲੋਕ ਕਹਿੰਦੇ ਵੀ ਯਾਰ ਉਹ ਬੰਦਾ ਚੁਣੋ ਜਿਹੜੀ ਤੁਹਾਡੇ ਹੱਕ ਦੀ ਗੱਲ ਕਰਦਾ, ਜਿਹੜੀ ਤੁਹਾਡੀ ਲੜਾਈ ਲੜਦਾ। ਜੋ ਅਨਿਲ ਜੋਸ਼ੀ ਕਹਿੰਦੇ ਵੇਖੋ ਮੈਂ ਪਿੰਡਾਂ ਦਾ ਬੱਚਾ ਹਾਂ, ਪਿੰਡ ਦੇ ਵਿੱਚ ਬੈਠਾ ਹਾਂ, ਆਰਾਮ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਦਾ, ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਮੈਂ ਫਲਾਣਾ ਆ। ਪਹਿਲਾਂ ਪਿੰਡ ਨਹੀਂ ਚੇਤੇ ਆਏ, ਹੁਣ ਚੇਤੇ ਆ ਗਏ, ਡਰਾਮੇ ਹੋ ਰਹੇ ਨੇ, ਹੁਣ ਰਿਐਲਿਟੀ ਲਾਈਫ ਨਹੀਂ ਹੈਗੀ। ਗੰਦੇ ਨਾਲੇ ਦੀ ਰੋਲਾ ਪਿਆ, ਇਹ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਤੱਕ ਬਣ ਸਕਦਾ ਸੀਗਾ ਖੰਨਾ ਪੇਪਰ ਮਿਲ ਤੱਕ ਹੀ, ਕਿਉਂ ਸੀਮਿਤ ਰਹਿ ਗਿਆ? ਉਹ ਦੋ ਚਾਰ ਵੀਡੀਓ ਆਪਣੀਆਂ ਲੋਕਾਂ ਨੂੰ ਦਿਖਾ ਦੇਣ ਵਿਧਾਨ ਸਭਾ 'ਚ ਬੋਲਦੇ, ਜਿੱਥੇ ਅੰਮ੍ਰਿਤਸਰ ਦਾ ਦਰਦ ਹੋਵੇ, ਜਿੱਥੇ ਅੰਮ੍ਰਿਤਸਰ ਦੀ ਗੱਲ ਕੀਤੀ ਹੋਵੇ। ਸੈਂਟਰ ਯੂਨੀਵਰਸਿਟੀ ਭੇਟ ਕੀਤਾ, ਗਿਫਟ ਭੇਟ ਕੀਤਾ ਇਹਨਾਂ ਨੇ ਸੀ ਐੱਮ ਨੂੰ ਵੀ, ਲੈ ਜਾਓ ਸਾਨੂੰ ਨਹੀਂ ਚਾਹੀਦੀ। ਏਮ ਦੇ ਨਾਲ ਕਿਹਾ ਲੈ ਜਾਓ ਸਾਰਿਆਂ ਨੂੰ ਨਹੀਂ ਚਾਹੀਦਾ, ਇਹ ਚੀਜ਼ਾਂ ਦੇ ਇਹਨਾਂ ਨੇ ਗਿਫਟ ਕੀਤੀਆਂ ਨੇ। ਅੰਮ੍ਰਿਤਸਰ ਵਿੱਚ ਅੱਜ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਪੇਪਰ ਨੋਮੀਨੇਸ਼ਨ ਕੀਤੇ ਜਾਣਗੇ, ਜਿਸ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਅੱਜ ਵੀ ਆਪਣੇ ਵਰਕਰਾਂ ਨਾਲ ਜਿਹੜੇ ਮਿਲਦੇ ਹੋਏ ਨਜ਼ਰ ਆ ਰਹੇ ਨੇ, ਅਤੇ ਗੁਰਜੀਤ ਸਿੰਘ ਔਜਲਾ ਲਗਾਤਾਰ ਹੀ ਤੂਫਾਨੀ ਦੌਰੇ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ। ਅਤੇ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਵੱਲੋਂ ਪੇਪਰ ਨੋਮੀਨੇਸ਼ਨ ਜਿਹੜੇ ਨੇ ਉਹ ਕੀਤੇ ਜਾਣਗੇ, ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਅਤੇ ਕਿਸ ਤਰ੍ਹਾਂ ਦੇ ਕਿੰਨੇ ਵਜੇ ਜਿਹੜੇ ਪੇਪਰ ਨੋਮੀਨੇਸ਼ਨ ਕੀਤੇ ਜਾਣਗੇ ਉਸ ਬਾਬਤ ਵੀ ਗੱਲਬਾਤ ਕੀਤੀ ਜਾਏਗੀ, ਅਤੇ ਨਾਲ ਹੀ ਜਾਣਨ ਦੀ ਵੀ ਕੋਸ਼ਿਸ਼ ਕੀਤੀ ਜਾਏਗੀ। ਔਜਲਾ ਸਾਹਿਬ ਅੱਜ ਨੋਮੀਨੇਸ਼ਨ ਫਾਈਲ ਕਰਨ ਜਾ ਰਹੇ ਹੋ, ਤੀਸਰੀ ਵਾਰ ਸਾਡੇ ਵੱਲੋਂ ਤੁਹਾਨੂੰ ਬੈਸਟ ਆਫ ਲੱਕ ਹੈ, ਔਰ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ? ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿ ਪਰਮਾਤਮਾ ਜਿਹੜੇ ਕਾਰਜ ਲਈ ਚੱਲੇ ਹਾਂ ਮਿਹਰ ਭਰਿਆ ਹੱਥ ਰੱਖਣ, ਔਰ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਉਸੇ ਤਰੀਕੇ ਨਾਲ ਕਰ ਸਕੀਏ, ਅਸੀਸ ਦੇਣ। ਔਰ ਉਹਦੇ ਨਾਲ ਦੀ ਨਾਲ ਅਸੀਂ ਪਬਲਿਕ ਨੂੰ ਵੀ ਬੇਨਤੀ ਕੀਤੀ ਹੈ ਕਿ ਅਸੀਸ ਦਿਓ ਵੀ ਜਿਸ ਤਰੀਕੇ ਨਾਲ ਅੱਗੇ ਕੰਮ ਕੀਤੇ ਉਸ ਤੋਂ ਵੱਧ ਤਾਕਤ ਨਾਲ ਕਰ ਸਕੀਏ। ਔਜਲਾ ਸਾਹਿਬ, ਲਗਾਤਾਰ ਹੀ ਲੱਗਦਾ ਕਿ ਲੋਕਾਂ ਦੇ ਵਿੱਚ ਫਿਰ ਦੁਬਾਰਾ ਤੋਂ ਪਿਆਰ ਬਣਾ ਪਾਏ ਹੋ, ਕਿਉਂਕਿ ਜਿਸ ਤਰ੍ਹਾਂ ਦੇ ਲੋਕਾਂ ਦਾ ਹੁੰਗਾਰਾ ਨਜ਼ਰ ਆ ਰਿਹਾ ਕਿ ਲੱਗਦਾ ਪਿਆਰ ਉਹ ਬੰਦ ਹੋਇਆ ਫਿਰ ਦੁਬਾਰਾ ਤੋਂ ਨਜ਼ਰ ਆ? ਦੇਖੋ, ਜਦੋਂ ਦਾ ਮੈਂ ਰਾਜਨੀਤੀ 'ਚ ਆਇਆ ਉਸੇ ਲੈਵਲ 'ਤੇ ਹੀ ਖੜ੍ਹਾ ਆ, ਕਿਉਂਕਿ ਮੈਂ ਆਪਣੇ ਆਪ ਨੂੰ ਕੋਸ਼ਿਸ਼ ਕੀਤੀ ਹੈ ਠੀਕ ਕਰਨ ਦੀ ਕਿ ਮੈਂ ਸੱਚੀ ਸੁੱਚੀ ਰਾਜਨੀਤੀ ਕਰਾਂ, ਜਿਹੜੀ ਗੱਲ ਅਗਲੇ ਨੂੰ ਸੱਚ ਦੱਸ ਦਿਓ, ਝੂਠ ਨਾ ਮਾਰੋ, ਅਤੇ ਲੋਕ ਪਸੰਦ ਕਰਨ ਲੱਗ ਗਏ। ਹੁਣ ਲੋਕ ਉਸ ਬੰਨੇ ਨੂੰ ਆ ਗਏ ਨੇ, ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ, ਤੁਸੀਂ ਝੂਠ ਮਾਰ ਨਹੀਂ ਸਕਦੇ, ਤੁਸੀਂ ਹਰ ਚੀਜ਼ ਤੁਹਾਨੂੰ ਸੱਚ ਦੱਸਣੀ ਪਊਗੀ। ਹੁਣ ਤੁਸੀਂ ਜਿਵੇਂ ਹੁਣ ਲੋਕ ਕਰਦੇ ਆ, ਸਾਡੇ ਤਾਂ ਘੱਟ ਰਹਿੰਦੇ ਆ, ਲੋਕ ਗੂਗਲ 'ਤੇ ਸਰਚ ਕਰ ਲੈਂਦੇ ਆ, ਯੂਟਿਊਬ 'ਤੇ ਚਲੇ ਜਾਂਦੇ ਗੁਰਜੀਤ ਸਿੰਘ ਔਜਲਾ ਭਰ ਲੈਂਦੇ ਆ, ਅਤੇ ਜਦੋਂ ਕਹਿੰਦੇ ਯਾਰ ਸਾਰਾ ਇਹ ਤਾਂ ਪਾਰਲੀਮੈਂਟ 'ਚ ਬੋਲੀ ਜਾਂਦਾ, ਉਹ ਕਹਿੰਦੇ ਯਾਰ ਸਾਡੀ ਗੱਲ ਤਾਂ ਕਰਨ ਡਿਆ ਜਿਹਦੇ ਲਈ ਭੇਜਿਆ। ਜਦੋਂ ਕਿਸੇ ਹੋਰ ਕੈਂਡੀਡੇਟ ਦਾ ਗੱਲ ਕਰਦੇ ਆ ਉਹਦੇ ਕਈ ਤਰ੍ਹਾਂ ਦੇ ਇਲਜ਼ਾਮ ਨਿਕਲਾਉਂਦੇ ਉਹਦੇ ਉੱਤੇ, ਉਹ ਕਹਿੰਦੇ ਅੱਛਾ ਇਹ 'ਤੇ ਇਲਜ਼ਾਮ ਵੀ ਨੇ ਸਾਰੇ ਕੁਛ, ਪਰ ਲੋਕ ਕਹਿੰਦੇ ਵੀ ਯਾਰ ਉਹ ਬੰਦਾ ਚੁਣੋ ਜਿਹੜੀ ਤੁਹਾਡੇ ਹੱਕ ਦੀ ਗੱਲ ਕਰਦਾ, ਜਿਹੜੀ ਤੁਹਾਡੀ ਲੜਾਈ ਲੜਦਾ, ਕਿਉਂਕਿ ਇਹ ਜਿਹੜੀ ਇਲੈਕਸ਼ਨ ਦੀ ਮਤਦਾਨ 5 ਸਾਲ ਤੁਸੀਂ ਚੁਣਨਾ, ਤਾਂ 5 ਸਾਲ ਇਹ ਬੰਦਾ ਅੱਗੇ ਸਾਡੀ ਹੱਕਾਂ ਦੀ ਗੱਲ ਕਰੂਗਾ, ਔਰ ਸਾਡੇ ਜਿਹੜਾ ਫਿਊਚਰ ਹੈ ਬੱਚਿਆਂ ਦਾ ਉਹਦੇ 'ਤੇ ਗੱਲ ਕਰੂਗਾ। ਲੇਕਿਨ ਔਜਲਾ ਸਾਹਿਬ, ਲਗਾਤਾਰ ਹੀ ਕਈ ਤੁਹਾਡੇ ਵਿਰੋਧੀ ਜਿਹੜੇ ਨੇ ਉਹ ਤੁਹਾਡਾ ਤੰਜ ਵੀ ਕੱਸਦੇ ਨੇ, ਲੇਕਿਨ ਕੱਲ੍ਹ ਇੱਕ ਇੰਟਰਵਿਊ ਸੁਣ ਰਹੇ ਸੀਗੇ ਸਾਥ 'ਚ ਬਹਿ ਕੇ ਕਹਿ ਰਹੇ ਕਿ ਜੋ ਅਨਿਲ ਜੋਸ਼ੀ ਕਹਿੰਦੇ ਵੇਖੋ ਮੈਂ ਪਿੰਡਾਂ ਦਾ ਬੱਚਾ ਹਾਂ, ਪਿੰਡ ਦੇ ਵਿੱਚ ਬੈਠਾ ਹਾਂ, ਆਰਾਮ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਦਾ, ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਮੈਂ ਫਲਾਣਾ ਹਾਂ, ਕੀ ਲੱਗਦਾ ਕਿ ਇਹ ਰਾਜਨੀਤੀ ਇੱਥੇ ਤੱਕ ਆ ਗਈ ਆ, ਹੁਣ ਦੱਸਣਾ ਪੈ ਰਿਹਾ ਕਿ ਅਸੀਂ ਪਿੰਡਾਂ ਦੇ ਲੋਕ? ਮੈਂ ਤਾਂ ਇਹ ਤਾਂ ਕਿਹਾ ਕਿ ਯੂਟਿਊਬ 'ਤੇ ਸਿਲੈਕਟ ਕਰੋ, ਕਦੀ ਪਹਿਲੋਂ ਪਿੰਡ ਗਏ? ਪਹਿਲੋਂ ਪਿੰਡ ਨਹੀਂ ਚੇਤੇ ਆਏ, ਹੁਣ ਚੇਤੇ ਆ ਗਏ ਆ, ਕਿਉਂਕਿ ਹੁਣ ਡਰਾਮੇ ਹੋ ਰਹੇ ਨੇ, ਹੁਣ ਰਿਐਲਿਟੀ ਲਾਈਫ ਨਹੀਂ ਹੈਗੀ। ਮੈਂ ਤਾਂ ਫਿਰ ਤੁਹਾਨੂੰ ਮੇਰੀ ਗੱਲ ਸਿੱਧੀ ਜੀ ਉੱਥੇ ਗਾ ਕੇ ਮੁੱਕ ਜਾਂਦੀ ਆ, ਕਿਉਂਕਿ ਮੈਂ ਜਿੰਨਾ ਬੋਲੂੰਗਾ ਉਹ ਲੋਕ ਚਲੋ ਸੁਣਨਗੇ ਤਾਂ ਸਹੀ, ਪਰ ਮੈਂ ਕਹਿੰਦਾ ਲੋਕ ਆਪ 'ਚ ਅੱਜ ਬਣ ਜਾਣ, ਅੱਜ ਸਾਡੇ ਦੇ ਨਾਲ ਰਹਿਣ, ਅਸੀਂ ਲੋਕਾਂ ਨੇ ਤਾਂ ਗੱਲ ਆਪਣੀ ਕਰਨੀ ਹੈ, ਇਹ ਜੱਜ ਕਰ ਲੈਣ ਵੀ ਕਦੀ ਕਿਤੇ ਗਏ ਨੇ ਵਿਚਾਰੇ, ਇਹ ਤਾਂ ਸਿਰਫ ਸੱਤਾ ਦੀ ਆਨੰਦ ਲੈਂਦੇ ਨੇ, ਉਹ ਇਹਨਾਂ 10 ਸਾਲ ਪਹਿਲਾਂ ਵੀ ਲਿਆ, ਹੁਣ ਫਿਰ ਉਹ ਭੁਲੇਖੇ 'ਚ ਤੁਰੇ ਫਿਰਦੇ ਆ, 4 ਵਾਰ ਲੋਕਾਂ ਕੋਲ ਅੱਗੇ ਗਏ ਨੇ, 4 ਵਾਰੀ ਲੋਕਾਂ ਨੇ ਕਿਹਾ ਨਹੀਂ,
ਸੋ ਹੁਣ ਲੋਕਾਂ ਨੇ ਕੀ ਫੈਸਲਾ ਕਰਦੇ ਆ ਉਹਨਾਂ ਨੂੰ ਪਤਾ ਕੀ ਫੈਸਲਾ ਹੋਣਾ। ਲੇਕਿਨ ਔਜਲਾ ਸਾਹਿਬ ਇਹ ਜਿਹੜਾ ਗੰਦੇ ਨਾਲੇ ਦੀ ਰੌਲਾ ਪਿਆ ਇਹ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਤੱਕ ਬਣ ਸਕਦਾ ਸੀਗਾ ਖੰਨਾ ਪੇਪਰ ਮਿਲ ਤੱਕ ਹੀ ਕਿਉਂ ਸੀਮਿਤ ਰਹਿ ਗਿਆ? ਕਿ ਲੱਗਦਾ ਕਿ ਜਾਣ ਬੁੱਝ ਕੇ ਤੁਹਾਡੇ ਨਾਲ ਜਿਹੜਾ ਸੀ ਜਾਣ ਕੇ ਇਸ਼ੂ ਬਣਾਉਣ ਦੀ ਗੱਲ ਕੀਤੀ ਗਈ, ਜਾਂ ਲੱਗਦਾ ਸੀਗਾ ਕਿ ਵਾਕਈ ਹੀ ਸੈਂਟਰ ਦਾ ਜਾਂ ਸਟੇਟ ਦਾ ਕੰਮ ਸੀਗਾ ਇਹ ਕਰਵਾਉਣਾ? ਦੇਖੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਅੱਜ ਕੱਲ੍ਹ ਲੋਕਾਂ ਨੂੰ ਪਤਾ ਇਹ ਸਟੇਟ ਸਬਜੈਕਟ ਨੇ, ਡੰਪ ਜਿਹੜਾ ਇਹਨਾਂ ਦਾ ਮੁੱਦਾ ਸੀ ਜਿਹੜਾ ਰੌਲਾ ਪਾਉਂਦੇ ਨੇ, ਡੰਪ ਦੇ ਨਾਂ ਇਹਨਾਂ ਪੋਲਿਊਸ਼ਨ 'ਤੇ ਗੱਲ ਕੀਤੀ, ਨਾ ਇਹਨਾਂ ਗੰਦਿਆਂ ਨਾਲਿਆਂ 'ਤੇ ਕੀਤੀ। ਮੈਂਬਰ ਪਾਰਲੀਮੈਂਟ ਦੇ ਪੈਸੇ ਦੇ ਸਕਦਾ ਪ੍ਰੋਜੈਕਟ ਬੰਦ 'ਤੇ, ਸੋ ਪ੍ਰੋਜੈਕਟ ਬਣਾਉਣਾ ਸਰਕਾਰ ਨੇ ਹੁੰਦਾ, ਲੋਕਲ ਗੌਰਮੈਂਟ ਨੇ ਹੁੰਦਾ। ਇਹ ਲੋਕਲ ਮਨਿਸਟਰ ਸੀ, ਇਹਨਾਂ ਨੂੰ ਇੱਕੋ ਗੱਲ, ਮੈਂ ਦੋਨੋਂ ਮਨਿਸਟਰ ਨੇ, ਇੱਕ ਸਾਬਕਾ ਇੱਕ ਮੌਜੂਦਾ, ਉਹ ਦੋ ਚਾਰ ਵੀਡੀਓ ਆਪਣੀਆਂ ਲੋਕਾਂ ਨੂੰ ਦਿਖਾ ਦੇਣ ਵਿਧਾਨ ਸਭਾ 'ਚ ਬੋਲਦੇ, ਜਿੱਥੇ ਅੰਮ੍ਰਿਤਸਰ ਦਾ ਦਰਦ ਹੋਵੇ, ਜਿੱਥੇ ਅੰਮ੍ਰਿਤਸਰ ਦੀ ਗੱਲ ਕੀਤੀ ਹੋਵੇ। ਇਹਨਾਂ ਨੇ ਤਾਂ ਜਿਹੜੇ ਸਾਬਕਾ ਮੰਤਰੀ ਸਾਹਿਬ ਨੇ ਉਹਨਾਂ ਦੇ ਅੰਮ੍ਰਿਤਸਰ ਨੂੰ ਵੇਚ ਕੇ ਆਪਣੀਆਂ ਮਨਿਸਟਰੀਆਂ ਲਈਆਂ ਨੇ। ਸੈਂਟਰ ਯੂਨੀਵਰਸਿਟੀ ਭੇਟ ਕੀਤਾ, ਗਿਫਟ ਭੇਟ ਕੀਤਾ ਇਹਨਾਂ ਨੇ ਸੀਐਮ ਨੂੰ ਵੀ, ਲੈ ਜਾਓ ਸਾਨੂੰ ਨਹੀਂ ਚਾਹੀਦੀ। ਏਮਜ਼ ਦੇ ਨਾਲ ਕਿਹਾ ਲੈ ਜਾਓ ਸਾਨੂੰ ਨਹੀਂ ਚਾਹੀਦਾ। ਇਹ ਚੀਜ਼ਾਂ ਤਾਂ ਇਹਨਾਂ ਨੇ ਗਿਫਟ ਕੀਤੀਆਂ ਨੇ, ਇਹ ਲੋਕਾਂ ਨੂੰ ਇਹ ਚੀਜ਼ਾਂ ਮਨਿਸਟਰੀਆਂ ਬਚਾਈਆਂ, ਲਾਈਸੈਂਸ ਮਿਲੇ ਇਹਨਾਂ ਨੂੰ ਭ੍ਰਿਸ਼ਟਾਚਾਰ ਦੇ, ਗੁੰਡਾਗਰਦੀ ਦੇ, ਇਲੈਕਸ਼ਨਾਂ ਲੁੱਟੀਆਂ ਇਹਨਾਂ ਕਾਰਪੋਰੇਸ਼ਨ ਦੀਆਂ, ਇਹ ਲੋਕਾਂ ਨੂੰ ਕੀ ਦੱਸਦੇ ਆ ਲੋਕ? ਮੈਂ ਤਾਂ ਹੀ ਤੁਹਾਨੂੰ ਕਿਹਾ ਮੈਂ ਤਾਂ ਆਹ ਗੱਲ 'ਤੇ ਨਹੀਂ ਆਉਣਾ ਚਾਹੁੰਦਾ, ਪਰ ਤੁਸੀਂ ਗੱਲ ਪੁੱਛ ਲਈ ਕਿ ਇਹਨਾਂ ਦਾ ਨਾਂ ਭਰ ਲਿਓ ਅਨਿਲ ਜੋਸ਼ੀ, ਥੱਲੇ ਕਾਰਨਾਮੇ ਸਾਰੇ ਆ ਜਾਣਗੇ ਕੀਤੇ ਕਰਾਏ। ਸਾਡਾ ਭਰ ਲਿਓ ਗੁਰਜੀਤ ਔਜਲਾ, ਸਾਡਾ ਵੀ ਸਾਰਾ ਕੁਝ ਥੱਲੇ ਆਜੂਗਾ। ਧਾਰੀਵਾਲ ਸਾਹਿਬ ਦਾ ਭਰ ਲਿਓ, ਉਹਨਾਂ ਦਾ ਵੀ ਆਜੂਗਾ। ਉਹਨਾਂ ਨੂੰ ਤਾਂ ਸਿੱਧੀ ਗੱਲ, ਇੱਕੋ ਹੀ ਸਵਾਲ ਹੈ ਕਿ ਜਦੋਂ ਤੁਹਾਡੀ ਖੁਦ ਦੀ ਸਰਕਾਰ ਨੇ ਕਿਹਾ ਕਿ ਤੁਸੀਂ ਨਿਕੰਮੇ ਮੰਤਰੀ ਜੇ, ਤੁਹਾਡੇ ਕੋਲ ਸਾਰੇ ਮਹਿਕਮੇ ਖੋਲ੍ਹੇ, ਇੱਕੋ ਮਹਿਕਮਾ ਤੁਹਾਡੇ ਕੋਲ ਰਹਿਣ ਤਾ, ਇਹ 'ਚ ਹੁਣ ਸਾਡਾ ਤਾਂ ਰੌਲਾ ਕੋਈ ਨਹੀਂਗਾ। ਤੁਸੀਂ ਆਪਣੀ ਸਰਕਾਰ ਨੂੰ ਪੁੱਛੋ ਕਿਉਂ ਕੋਏ, ਉਹਦਾ ਜਵਾਬ ਤੁਸੀਂ ਸਰਕਾਰ ਤੋਂ ਮੰਗੋ। ਸਾਹਿਬ ਬੈਂਸ ਭਰਾ ਵੀ ਵਾਪਸ ਜਿਹੜੇ ਨੇ ਕਾਂਗਰਸ 'ਚ ਸ਼ਾਮਿਲ ਹੋਏ ਨੇ, ਕਿੰਨਾ ਕੁ ਫਾਇਦਾ ਹੋਏਗਾ ਕਿਉਂਕਿ ਬਹੁਤ ਵੱਡਾ ਕੱਦ ਸੀ? ਆਉਣ ਵਾਲੇ ਦਿਨਾਂ 'ਚ ਹੋਰ ਵੇਖੋ ਕਿੰਨੇ ਸ਼ਾਮਿਲ ਹੁੰਦੇ ਆ, ਅੱਜ ਵੀ ਤੁਹਾਨੂੰ ਦੱਸਾਂਗੇ। ਰਾਜਵੀਰ ਸਿੰਘ ਪੱਖੋ ਕੇ ਵੀ ਜਿਹੜੇ ਨੇ ਉਹਨਾਂ ਦਾ ਵੀ ਕਾਫੀ ਵੋਟ ਬੈਂਕ ਸੀਗਾ, ਬਹੁਤ ਵੱਡਾ, ਅੱਛੇ ਬੰਦੇ ਨੇ ਪੱਖੋ ਕੇ ਸਾਹਿਬ, ਚੰਗਾ ਪਰਿਵਾਰ ਹੈ, ਬੈਂਸ ਸਾਹਿਬ ਅੱਛਾ ਪਕੜਿਆ, ਸਾਰੇ ਸ਼ਾਮਿਲ ਹੋਏ, ਉਹਨਾਂ ਦਾ ਧੰਨਵਾਦ ਹੈ ਸਾਰਿਆਂ ਦਾ। ਥੈਂਕ ਯੂ ਔਜਲਾ ਸਾਹਿਬ। ਲਾਸਟ ਸਵਾਲ ਹੈ ਮੇਰਾ, ਅੱਜ ਕੁਲਦੀਪ ਸਿੰਘ ਧਾਰੀਵਾਲ ਵੀ ਜਿਹੜੇ ਨੋਮੀਨੇਸ਼ਨ ਫਾਈਲ ਕਰਨ ਜਾ ਰਹੇ ਨੇ, ਕੰਟੈਸਟ ਜਿਹੜਾ ਬੜਾ ਹੁੰਦਾ ਨਜ਼ਰ ਆ ਰਿਹਾ, ਚਾਰ ਪੱਖੀ ਕੰਟੈਸਟ ਹੈਗਾ, ਹਮੇਸ਼ਾ ਤਿੰਨ ਪਾਸੇ ਲੜਾਈ ਹੁੰਦੀ ਸੀ, ਕਿੰਨਾ ਕੁ ਵੱਡਾ ਮੁਕਾਬਲਾ ਸਮਝਦੇ ਹੋ ਸਾਰਿਆਂ ਨੂੰ ਲੈ ਕੇ? ਕਿ ਸਮਝਦਾ ਕਿ ਵਾਕਈ ਇਸ ਵਾਰ ਜਿਹੜੀ ਜਿੱਤਿਆ ਉਹ ਕੁਛ ਮਤਲਬ ਕਿ 1000 'ਚ ਹੀ ਰਹਿ ਜਾਏਗੀ, ਕਿ ਲੱਗਦਾ ਲੈਕਸ 'ਚ ਪਹੁੰਚ ਜਾਏਗੀ ਇਸ ਵਾਰ? ਦੇਖੋ ਇਹ ਲੋਕਾਂ ਨੇ ਤੈਅ ਕਰਨਾ, ਲੋਕਾਂ ਦਾ ਪਿਆਰ ਤਾਂ ਬਹੁਤ ਹੈ, ਇਹ ਲੋਕ ਤੈਅ ਕਰਨਗੇ। ਮੈਂ ਉਹ ਨਜੂਮੀ ਪੁਣਾ ਨਹੀਂ ਕਰਦਾ, ਮੈਂ ਤੈਨੂੰ ਅੱਗੇ ਵੀ ਕਿਹਾ ਵੀ ਸੱਚ ਦੀ ਰਾਜਨੀਤੀ ਕਰੋ। ਹੁਣ ਜਿਹੜੀ ਚੀਜ਼ ਮੇਰੇ ਵਰਕਰ ਤਾਂ ਮੇਰੇ ਨਾਲ ਨੇ, ਮੇਰੇ ਸਪੋਰਟਰ ਤਾਂ ਮੇਰੇ ਨਾਲ ਨੇ, ਔਰ ਲੋਕ ਜਿਹੜੇ ਉਹ ਵੀ ਨੇ ਜਿਹੜੇ ਕਿਸੇ ਪਾਰਟੀ ਕੋਲ ਨਹੀਂ ਜਾਂਦੇ, ਘਰੇ ਬੈਠੇ ਡਿਸਾਈਡ ਕਰਦੇ ਨੇ ਕੀ ਕਰਨਾ, ਉਹਨਾਂ ਦੀ ਵੋਟ ਵੀ ਹੈ। ਹੁਣ ਮੈਂ ਸਾਰਿਆਂ ਨੂੰ ਤਾਂ ਮਿਲਿਆ ਨਹੀਂ, ਤੁਸੀਂ ਮਿਲਦੇ ਜੇ, ਤੁਸੀਂ ਡਿਸਾਈਡ ਕਰਕੇ ਲੋਕਾਂ ਨੂੰ ਦੱਸ ਦਿਓ ਕਿਹਦੇ 'ਚ ਮੁਕਾਬਲਾ ਹੈ। ਮੈਂ ਤਾਂ ਕਹਿੰਦਾ ਕਿ ਲੋਕ ਮੁਕਾਬਲਾ ਤੈਅ ਕਰਨਗੇ ਕਿਹਦਾ ਕਿਹਦੇ ਨਾਲ ਕਰਾਉਣਾ। ਹਰੀਸ਼ ਚੌਧਰੀ ਕਹਿੰਦੇ ਕਿ ਰਾਹੁਲ ਗਾਂਧੀ ਵੀ ਆਉਣਗੇ ਪੰਜਾਬ ਦੇ ਵਿੱਚ, ਲੱਗਦਾ ਕਿ ਬੂਮ ਮਿਲੇਗਾ ਇੱਕਦਮ 'ਚ? ਦੇਖੋ ਜਿਨ੍ਹਾਂ ਨੇ ਇੰਨੀ ਲੰਬੀ ਪੈਦਲ ਯਾਤਰਾ ਕੀਤੀ ਹੈ ਉਹਨਾਂ ਦਾ ਫਰਜ਼ ਬਣਦਾ ਆ ਕੇ ਪ੍ਰਚਾਰ ਕਰਨਾ, ਅੱਛੀ ਗੱਲ ਹੈ ਜੀ। ਸੋ ਇਹ ਸਨ ਗੁਰਜੀਤ ਸਿੰਘ ਔਜਲਾ ਜੋ ਕਿ ਆਪਣੇ ਵਰਕਰਾਂ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ, ਅਤੇ ਉਹਨਾਂ ਵੱਲੋਂ ਆਪਣੇ ਅੱਜ ਨੋਮੀਨੇਸ਼ਨ ਜਿਹੜੇ ਨੇ ਉਹ ਵੀ ਫਾਈਲ ਕੀਤੀ ਜਾਵੇਗੀ, ਅਤੇ ਪਰਿਵਾਰ ਦੇ ਵਿੱਚ ਜਿਹੜਾ ਹੈ ਉਹ ਹੁਣ ਜਿਹੜਾ ਹੈ ਇੱਥੋਂ ਜਿਹੜਾ ਹੈ ਰਵਾਨਾ ਜਿਹੜਾ ਹੈ ਹੋਇਆ ਜਾਵੇਗਾ। ਅਤੇ ਨਾਲ ਹੀ ਇਹਨਾਂ ਵੱਲੋਂ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਜੋ ਲੋਕ ਨੇ ਉਹ ਹਮੇਸ਼ਾ ਸੱਚ ਦੀ ਜਿਹੜੀ ਰਾਜਨੀਤੀ ਜਿਹੜੀ ਆ ਉਹ ਪਸੰਦ ਕਰਦੇ ਹੋਏ ਨਜ਼ਰ ਆ ਰਹੇ ਨੇ, ਅਤੇ ਗੂਗਲ 'ਤੇ ਸਰਚ ਕਰਕੇ ਹਰ ਇੱਕ ਵਿਅਕਤੀ ਦੇ ਜਿਹੜੇ ਕਾਰਨਾਮੇ ਜਿਹੜੇ ਨੇ ਉਹ ਜਾਂਚ ਕੀਤੇ ਜਾ ਸਕਦੇ ਨੇ। ਲੇਕਿਨ ਕਿਤੇ ਨਾ ਕਿਤੇ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਅੱਜ ਆਪਣੇ ਪੇਪਰ ਨੋਮੀਨੇਸ਼ਨ ਫਾਈਲ ਜਿਹੜੇ ਨੇ ਉਹ ਕਰਨਗੇ, ਅਤੇ ਉਹਨਾਂ ਦੇ ਨਾਲ ਨਾਲ ਅੱਜ ਕੁਲਦੀਪ ਸਿੰਘ ਧਾਰੀਵਾਲ ਜੋ ਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਵੱਲੋਂ ਵੀ ਪੇਪਰ ਨੋਮੀਨੇਸ਼ਨ ਜਿਹੜੀ ਫਾਈਲ ਜਿਹੜੀ ਆ ਉਹ ਆਪਣੇ ਕੀਤੇ ਜਾਣਗੇ। ਹੁਣ ਵੇਖਣਾ ਹੋਵੇਗਾ ਕਿ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਵਿੱਚ 4 ਜੂਨ ਨੂੰ ਕਿਸ ਨੂੰ ਜਿਹੜਾ ਹੈ ਲੋਕ ਪਸੰਦ ਕਰਕੇ ਲੋਕ ਸਭਾ ਵਿੱਚ ਭੇਜਦੇ ਹਨ, ਅਤੇ ਕਿਸ ਦੇ ਮੋਹਰ ਜਿਹੜੀ ਆ ਉਹ ਲਗਾਉਂਦੇ ਹੋਏ ਨਜ਼ਰ ਆਉਣਗੇ। ਕੈਮਰਾਮੈਨ ਵੰਸ਼ ਜਨਾ, ਗੁਰਪ੍ਰੀਤ ਸਿੰਘ, ਬਾਬੂ ਸ਼ਾਹੀ, ਅੰਮ੍ਰਿਤਸਰ ਸਾਹਿਬ।